ਵਾਲੇ ਫੋਨ ਤਾਂ ਫਿਰ ਹੋ ਜਾਓ ਸਾਵਧਾਨ ਜਿਸ ਨੂੰ ਫੋਨ ਆਉਂਦਾ ਜੇ ਦੇਵੀਆ ਤੇ ਸੱਜਣੋ ਮੈਂ ਅਮਿਤਾਭ ਬੱਚਨ ਬੋਲ ਰਿਹਾ ਇਹ 2019 ਦੇ ਵਿੱਚ ਫੋਨ ਆਇਆ ਸੀ ਮੈਨੂੰ 10ਵੇਂ ਮਹੀਨੇ ਦੀ 22 ਤਰੀਕ ਨੂੰ ਜਿਹਦੇ ਵਿੱਚ ਮੈਂ ਆਪਣਾ ਕਾਰੋਬਾਰ ਕਰਨ ਦਿਆਂ ਤੇ ਮੈਨੂੰ ਫੋਨ ਆਇਆ ਸੀ ਤੇ ਮੈਂ ਫੋਨ ਸੁਣ ਕੇ ਫਿਰ ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੇਰੇ ਨਾਲ ਠੱਗੀ ਮਾਰਨੀ ਆ ਠੱਗੀ ਦੇ ਵਿੱਚ ਇਹਨਾਂ ਨੇ ਮੇਰਾ ਸਭ ਕੁਛ ਜੋ ਮਾਲ ਡੰਗਰ ਹੈ ਮੇਰਾ ਘਰ ਬਾਰ ਲੁੱਟਿਆ ਇਹਨਾਂ ਨੇ ਸਭ ਕੁਛ ਆਉਂਦੇ ਸੀ ਵੀ ਤੈਨੂੰ ਅਸੀਂ ਲਾਟਰੀ 25 ਲੱਖ ਦੀ ਦੇਵਾਂਗੇ ਜਿਹਦੇ ਵਿੱਚ ਮੈਂ ਇਹਨਾਂ ਨੂੰ 30 ਤੋਂ 35 ਲੱਖ ਰੁਪਈਆ ਪਾ ਚੁੱਕਾ ਵਾਂ ਡੰਗਰ ਜਿਹੜਾ ਮੈਂ 35 ਲੱਖ ਰੁਪਈਆ ਪਾਇਆ ਵਾ ਇਹ ਮੈਂ ਆਪਣਾ ਮਾਲ ਡੰਗਰ ਵੇਚ ਕੇ 40 ਡੰਗਰ ਵੇਚੇ ਨੇ ਘਰ ਬਾਰ ਵੇਚਿਆ ਵਾ ਮਾਲ ਡੰਗਰ ਦਾ ਜਿੰਨਾ ਸਮਾਨ ਸੀ ਮੈਂ ਸਾਰਾ ਵੇਚ ਚੁੱਕਾ ਵਾਂ ਉਹ ਆਉਂਦੇ ਸੀ ਵੀ ਜੇ ਤੁਸੀਂ ਸਾਡੀ ਮੀਡੀਅਮ ਦੇ ਵਿੱਚ ਗੱਲ ਫੈਲਾਉਂਦੇ ਤੇ ਸਾਡੀ KBC ਕੰਪਨੀ ਜਿਹੜੀ ਇਹ ਡੁੱਬਦੀ ਆ ਇਹ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਵੀ ਜਿੰਨੇ ਦੇਸ਼ਾਂ ਦੇ ਵਿੱਚ ਚੈਨਲ ਚੱਲਣ ਦੇ ਸਾਰਿਆਂ ਦੇ ਵਿੱਚ ਜੇ ਸਾਡੀ ਸ਼ੋਅ ਹੋ ਗਈ ਤਾਂ ਸਾਡੀ ਕੰਪਨੀ ਦੀ ਬਦਨਾਮੀ ਹੁੰਦੀ ਆ ਉਹ ਆਉਂਦੇ ਸੀ ਵੀ ਤੁਹਾਡੀ ਅਮਿਤਾਭ ਬੱਚਨ ਜੀ ਨਾਲ ਗੱਲ ਕਰਾਉਂਦੇ ਫਿਰ ਅਮਿਤਾਭ ਬੱਚਨ ਜੀ ਨੇ ਵੀ ਮੇਰੇ ਨਾਲ ਗੱਲਬਾਤ ਕੀਤੀ ਸੀ ਅਤੇ ਆਉਂਦੇ ਸੀ ਵੀ ਤੁਹਾਨੂੰ ਇਹ ਜਿਹੜੀ ਲਾਟਰੀ ਆ ਔਫਰ ਕਰਨਗੇ ਬੰਦੇ ਤੁਹਾਡੇ ਕੋਲ ਖਰਚਾ ਨਹੀਂ ਕੋਈ ਵੀ ਲੈਣਗੇ ਪਰ ਉਹਨਾਂ ਨੇ ਜਦੋਂ ਬਾਅਦ 'ਚੋਂ ਅਮਿਤਾਭ ਬੱਚਨ ਜੀ ਨੂੰ ਨਹੀਂ ਦੱਸਿਆ ਜਿਹਦੇ ਰਾਹੀਂ ਉਹਨਾਂ ਤੋਂ ਇਲਾਵਾ ਇਹਨਾਂ ਨੇ ਮੇਰੇ ਤੋਂ ਇਹ ਜਿਹੜਾ ਖਰਚਾ ਲਿਆ ਵਾ 30 ਤੋਂ 35 ਲੱਖ ਰੁਪਈਆ 30-35 ਲੱਖ ਰੁਪਈਆ ਇੰਨੇ ਪੈਸੇ ਤੁਹਾਡੇ ਜੋ ਕਿਵੇਂ ਆਏ ਸੀ ਉਹ ਸਰ ਪੈਸੇ ਜਿਹੜੇ ਸੀ ਉਹ ਮੈਂ ਆਪਣੀ ਮਿਹਨਤ ਸਾਡੇ ਪਿਤਾ ਜੀ ਨੇ ਕਮਾਏ ਸੀ ਸਾਰੀ ਉਮਰ ਸਾਡੇ ਪਿਤਾ ਜੀ ਨੇ ਮਿਹਨਤ ਕੀਤੀ ਸੀ ਜਿਹੜੇ ਪੈਸੇ ਅਸੀਂ ਇਹਨਾਂ ਨੂੰ ਅੱਜ ਲਟਾ ਚੁੱਕੇ ਹਾਂ ਇਹਨਾਂ ਨੇ ਕਿਹਾ ਸੀ ਵੀ ਗਾੜੀਆਂ ਜੇ ਕੁਛ ਪਾਉਣਾ ਵਾ ਤਾਂ ਕੁਛ ਖੋਣਾ ਵੀ ਪੈਂਦਾ ਵਾ ਫਿਰ ਜਦੋਂ ਇਹਨਾਂ ਨੇ ਇੰਨੀ ਗੱਲ ਕੀਤੀ ਤਾਂ ਮੈਂ ਸਮਝਿਆ ਵੀ ਇਹ ਮੈਨੂੰ ਦੇਣਗੇ ਕੁਛ ਨਾ ਕੁਛ ਪਰ ਇਹਨਾਂ ਰਾਣਾ ਪ੍ਰਤਾਪ ਸਿੰਘ ਜੀ ਨੇ ਮੇਰੇ ਨਾਲ ਧੋਖਾ ਹੀ ਕੀਤਾ ਵਾ ਪਰ ਜਾਇਦਾਦ ਲੁਟਾ ਬੈਠਾ ਹੈ ਕਿ ਲਾਲਚ ਦੇ ਵਿੱਚ ਆ ਗਏ ਲਾਟਰੀ ਦੀ ਲਾਲਚ ਦੇ ਵਿੱਚ ਆਪਣੀ ਜਾਇਦਾਦ ਲੁਟਾ ਦਿੱਤੀ ਤੇ ਅੱਜ ਦਿਹਾੜੀਆਂ ਲਾ ਰਿਹਾ 200 ਰੁਪਏ ਨੂੰ ਦਿਹਾੜੀ ਲਾ ਰਿਹਾ ਨਾ ਤੇ ਮਜ਼ਾਕ ਹੀ ਉਡਾਉਂਦੇ ਆ ਤੇ ਨਾ ਕਦੀ ਉਹਨਾਂ ਨੇ ਹਮਦਰਦੀ ਅਜੇ ਤੱਕ ਜਿਤਾਈ ਆ ਦੋਸਤੋ ਜੇ ਤੁਹਾਨੂੰ ਵੀ ਆ ਰਹੇ ਨੇ ਲੋਨ ਲੈਣ ਵਾਸਤੇ ਫੋਨ ਜਾਂ ਲਾਟਰੀ ਨਿਕਲੀ ਵਾਲੇ ਫੋਨ ਤਾਂ ਫਿਰ ਹੋ ਜਾਓ ਸਾਵਧਾਨ ਕਿਉਂਕਿ ਆਨਲਾਈਨ ਜਿਹੜੇ ਨੇ ਬਹੁਤ ਸਾਰੇ ਫਰੋਡ ਹੋ ਰਹੇ ਨੇ ਆਨਲਾਈਨ ਜਿਹੜੇ ਨੇ ਵੱਡੇ ਵੱਡੇ ਫਰੋਡ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਦਾ ਇੱਕ ਫਰੋਡ ਹੋਇਆ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਨਾਲ ਜਿਸ ਨੂੰ ਫੋਨ ਆਉਂਦਾ ਜੇ ਦੇਵੀਆ ਤੇ ਸੱਜਣੋ ਮੈਂ ਅਮਿਤਾਭ ਬੱਚਨ ਬੋਲ ਰਿਹਾ ਇਸ ਫੋਨ ਦੇ ਭਰਮ ਦੇ ਵਿੱਚ ਪੈ ਜਾਂਦਾ ਉਹ ਨੌਜਵਾਨ ਅਤੇ ਸੋਚਦਾ ਸ਼ਾਇਦ ਉਸ ਨੂੰ KBC ਤੋਂ ਫੋਨ ਆਇਆ ਅਤੇ ਉਹ ਵਿਚਾਰਾ ਆਪਣੇ ਜਿਹੜੀ ਹੈ ਜਾਇਦਾਦ ਵੇਚ ਦਿੰਦਾ ਹੈ ਉਸ ਪੈਸਿਆਂ ਨੂੰ ਲੈਣ ਲਈ ਸੋ ਨੌਜਵਾਨ ਇਸ ਵੇਲੇ ਜਿਹੜਾ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਡੇਅਰੀ ਫਾਰਮ ਚਲਾਉਂਦਾ ਸੀ ਵੀਰ ਸਾਡਾ ਪਰ ਇਸ ਵੇਲੇ ਜਿਹੜੇ ਹਾਲਾਤ ਇਹਦੇ ਵੱਧ ਤੋਂ ਬਦਤਰ ਹੋਏ ਪਏ ਨੇ ਵੀਰ ਸਾਡੇ ਨਾਲ ਜਲਵਾ ਜ਼ਰੂਰ ਕਰਨਾ ਜੀ ਵੀਰ ਨਾਲ ਕੀ ਨਾਮ ਵੀਰ ਜੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੀ ਫੋਨ ਆਇਆ ਸੀ ਤੁਹਾਨੂੰ ਕਿਹੜੀ ਕੰਪਨੀ ਤੋਂ ਫੋਨ ਆਇਆ ਸੀ ਇਹ ਫੋਨ ਸਾਨੂੰ ਬੰਬੇ ਤੋਂ ਆਇਆ ਸੀ KBC ਕੰਪਨੀ ਤੋਂ ਅਮਿਤਾਭ ਬੱਚਨ ਜੀ ਨੇ ਫੋਨ ਕੀਤਾ ਸੀ ਦੇਵੀ ਔਰ ਸੱਜਣੋ ਮੈਂ ਤੁਹਾਡੇ ਨਾਲ ਸੰਬੰਧ ਕਰਨਾ ਚਾਹੁੰਦਾ ਤੁਹਾਨੂੰ ਲਾਟਰੀ ਔਫਰ ਕਰਨੀ ਚਾਹੁੰਦਾ 25 ਲੱਖ ਦੀ ਜਿਹਦੇ ਵਿੱਚ ਤੁਹਾਨੂੰ ਲਾਟਰੀ ਮਿਲੂਗੀ ਕਿੰਨੇ ਪੈਸਿਆਂ ਦੀ ਲਾਟਰੀ ਸੀ ਜਿਹੜੀ ਤੁਹਾਨੂੰ ਮਿਲਣੀ ਸੀ ਸਰ 25 ਲੱਖ ਦੀ ਜਿਹੜੀ ਆਉਂਦੇ ਸੀ ਵੀ ਤੁਹਾਨੂੰ ਇਹ ਲਾਟਰੀ ਦੇਵਾਂਗੇ ਮੈਨੂੰ ਇਹ ਦੱਸੋ ਤੁਸੀਂ ਅਪਲਾਈ ਕੀਤਾ ਸੀ KBC ਦੇ ਵਿੱਚ ਜਾਂ ਕੋਈ ਲਾਟਰੀ ਪਾਈ ਸੀ ਨਹੀਂ ਸਰ ਅਸੀਂ ਕੋਈ KBC 'ਚ ਅਪਲਾਈ ਨਹੀਂ ਕੀਤਾ ਨਾ ਕੋਈ ਲਾਟਰੀ ਪਾਈ ਫਿਰ ਵੀਰ ਜੀ ਨੰਬਰ ਕਿਵੇਂ ਤੁਹਾਡਾ ਉਹਨਾਂ ਨੂੰ ਮਿਲਿਆ ਉਹ ਤਾਂ ਕਿਹੜੀ ਸੰਨ ਦੀ ਗੱਲ ਹੈ ਕਦੋਂ ਇਹ ਫੋਨ ਆਇਆ ਤੁਹਾਨੂੰ ਇਹ 2019 ਦੇ ਵਿੱਚ ਫੋਨ ਆਇਆ ਸੀ ਮੈਨੂੰ 10ਵੇਂ ਮਹੀਨੇ ਦੀ 22 ਤਰੀਕ ਨੂੰ ਜਿਹਦੇ ਵਿੱਚ ਮੈਂ ਆਪਣਾ ਕਾਰੋਬਾਰ ਕਰਨ ਦਿਆਂ ਤੇ ਮੈਨੂੰ ਫੋਨ ਆਇਆ ਸੀ ਤੇ ਮੈਂ ਫੋਨ ਸੁਣ ਕੇ ਫਿਰ ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੇਰੇ ਨਾਲ ਠੱਗੀ ਮਾਰਨੀ ਆ ਠੱਗੀ ਦੇ ਵਿੱਚ ਇਹਨਾਂ ਨੇ ਮੇਰਾ ਸਭ ਕੁਛ ਜੋ ਮਾਲ ਡੰਗਰ ਹੈ ਮੇਰਾ ਘਰ ਬਾਰ ਲੁੱਟਿਆ ਇਹਨਾਂ ਨੇ ਸਭ ਕੁਛ ਆਉਂਦੇ ਸੀ ਵੀ ਤੈਨੂੰ ਅਸੀਂ ਲਾਟਰੀ 25 ਲੱਖ ਦੀ ਦੇਵਾਂਗੇ ਜਿਹਦੇ ਵਿੱਚ ਮੈਂ ਇਹਨਾਂ ਨੂੰ 30 ਤੋਂ 35 ਲੱਖ ਰੁਪਈਆ ਪਾ ਚੁੱਕਾ ਵਾਂ ਡੰਗਰ ਜਿਹੜਾ ਮੈਂ 35 ਲੱਖ ਰੁਪਈਆ ਪਾਇਆ ਵਾ ਇਹ ਮੈਂ ਆਪਣਾ ਮਾਲ ਡੰਗਰ ਵੇਚ ਕੇ 40 ਡੰਗਰ ਵੇਚੇ ਨੇ ਘਰ ਬਾਰ ਵੇਚਿਆ ਵਾ ਮਾਲ ਡੰਗਰ ਦਾ ਜਿੰਨਾ ਸਮਾਨ ਸੀ ਮੈਂ ਸਾਰਾ ਵੇਚ ਚੁੱਕਾ ਵਾਂ ਮੈਂ ਪੁਲਿਸ ਕੋ ਵੀ ਆਪਣੀ ਤਲਾਹ ਕੀਤੀ ਸੀ ਪਰ ਪੁਲਿਸ ਨੇ ਮੇਰੀ ਮਦਦ ਨਹੀਂ ਕੀਤੀ ਕੋਈ ਵੀ ਉਹਨਾਂ ਵੀ ਮੈਨੂੰ ਜਵਾਬ ਦੇ ਦਿੱਤਾ ਵੀ ਤੇਰੀ ਕੋਈ ਮਦਦ ਨਹੀਂ ਹੋ ਸਕਦੀ ਕੋਈ ਪੁਲਿਸ ਵਾਲਾ ਵੀ ਤੇਰੀ ਮਦਦ ਨਹੀਂ ਕਰ ਸਕਦਾ ਜੇ ਕੋਈ ਕਰੂਗਾ ਤਾਂ ਤੇਰੇ ਕੋਲ ਪਹਿਲਾਂ ਉਹਨੇ ਪੈਸਿਆਂ ਦੀ ਮੰਗ ਕਰਨੀ ਆ ਅਤੇ ਫਿਰ ਜਾ ਕੇ ਕਿਤੇ ਤੇਰੀ ਇਹ ਗੱਲਬਾਤ ਚੱਲਣੀ ਆ ਅਤੇ ਇਸ ਕਰਕੇ ਨਹੀਂ ਤੇਰੀ ਗੱਲਬਾਤ ਚੱਲਣੀ ਇਹ ਸਭ ਝੂਠ ਨੇ ਇਸ ਕਰਕੇ ਮੈਂ ਤਲਾਹ ਵੀ ਬੜੀਆਂ ਥਾਵਾਂ 'ਤੇ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਮੇਰੀ ਗੱਲ ਨਹੀਂ ਸੁਣੀ 2019 ਦੇ ਹੁਣ ਹੋ ਚੱਲਿਆ 2022 ਇੰਨਾ ਲੰਬਾ ਅਰਸਾ ਤੁਸੀਂ ਮੀਡੀਆ ਦੇ ਵਿੱਚ ਨਹੀਂ ਆਏ ਨਾ ਤੁਹਾਡੀ ਪੁਲਿਸ ਨੇ ਸੁਣਵਾਈ ਕੀਤੀ ਆ ਇੰਨੀ ਦੇਰ ਜਿਹੜਾ ਮੀਡੀਆ ਤੋਂ ਦੂਰ ਰਹਿਣ ਦਾ ਵਜ੍ਹਾ ਕੀ ਹੈ ਤੁਹਾਡੀ ਵਜ੍ਹਾ ਮੀਡੀਆ ਤੋਂ ਰਹਿਣ ਦੀ ਦੂਰ ਦੀ ਇਹੋ ਵੀ ਪਿਓ ਆਉਂਦੇ ਸੀ ਵੀ ਅਸੀਂ ਤੁਹਾਨੂੰ ਸਭ ਕੁਛ ਦੇ ਦਾਂਗੇ ਵੀ ਸਾਡੀ ਮੀਡੀਅਮ 'ਚ ਗੱਲ ਨਾ ਫੈਲਾਇਓ ਅਸੀਂ ਇੱਕ ਦੋ ਵਾਰ ਉਹਨਾਂ ਨੂੰ ਧਮਕੀ ਵੀ ਦਿੱਤੀ ਸੀ ਵੀ ਅਸੀਂ ਤੁਹਾਡੀ ਮੀਡੀਅਮ ਦੇ ਵਿੱਚ ਗੱਲ ਫੈਲਾ ਦੇਣੀ ਹੈ ਜੇ ਤੁਸੀਂ ਸਾਨੂੰ ਨਾ ਪੈਸੇ ਦਿੱਤੇ ਤੇ ਉਹ ਆਉਂਦੇ ਸੀ ਵੀ ਜੇ ਤੁਸੀਂ ਸਾਡੀ ਮੀਡੀਅਮ ਦੇ ਵਿੱਚ ਗੱਲ ਫੈਲਾਉਂਦੇ ਤੇ ਸਾਡੀ KBC ਕੰਪਨੀ ਜਿਹੜੀ ਇਹ ਡੁੱਬਦੀ ਆ ਇਹ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਵੀ ਜਿੰਨੇ ਦੇਸ਼ਾਂ ਦੇ ਵਿੱਚ ਚੈਨਲ ਚੱਲਣ ਦੇ ਸਾਰਿਆਂ ਦੇ ਵਿੱਚ ਜੇ ਸਾਡੀ ਸ਼ੋਅ ਹੋ ਗਈ ਤਾਂ ਸਾਡੀ ਕੰਪਨੀ ਦੀ ਬਦਨਾਮੀ ਹੁੰਦੀ ਆ
ਵੀਰ ਜੀ ਮੈਨੂੰ ਇਹ ਦੱਸੋ ਅਮਿਤਾਭ ਬੱਚਨ ਜੀ ਨੇ ਆਪ ਫੋਨ ਲਾਇਆ ਸੀ ਜਾਂ ਹੋਰ ਕਿਸੇ ਬੰਦੇ ਦਾ ਫੋਨ ਆਇਆ ਤੁਹਾਨੂੰ? ਪਹਿਲੋਂ ਤੇ ਉਹਨਾਂ ਦੇ ਰਾਣਾ ਪ੍ਰਤਾਪ ਸਿੰਘ ਜੀ ਦਾ ਉਹਨਾਂ ਦੀ ਸਿਕਿਉਰਟੀ ਗਾਰਡ ਦਾ ਫੋਨ ਆਇਆ ਸੀ ਮੈਨੂੰ। ਉਹ ਆਉਂਦੇ ਸੀ ਵੀ ਤੁਹਾਡੀ ਅਮਿਤਾਭ ਬੱਚਨ ਜੀ ਨਾਲ ਗੱਲ ਕਰੋ। ਉਹਨੇ ਫਿਰ ਅਮਿਤਾਭ ਬੱਚਨ ਜੀ ਨੇ ਵੀ ਮੇਰੇ ਨਾਲ ਗੱਲਬਾਤ ਕੀਤੀ ਸੀ ਤੇ ਆਉਂਦੇ ਸੀ ਵੀ ਤੁਹਾਨੂੰ ਇਹ ਜਿਹੜੀ ਲਾਟਰੀ ਆ ਆਫਰ ਕਰਨਗੇ ਬੰਦੇ, ਤੁਹਾਡੇ ਕੋਲ ਖਰਚਾ ਨਹੀਂ ਕੋਈ ਵੀ ਲੈਣਗੇ। ਪਰ ਉਹਨਾਂ ਨੇ ਜਦੋਂ ਬਾਅਦ 'ਚ ਅਮਿਤਾਭ ਬੱਚਨ ਜੀ ਨੂੰ ਵੀ ਨਹੀਂ ਦੱਸਿਆ, ਜਿਹਦੇ ਰਾਹੀਂ ਉਹਨਾਂ ਤੋਂ ਇਲਾਵਾ ਇਹਨਾਂ ਨੇ ਮੇਰੇ ਤੋਂ ਇਹ ਜਿਹੜਾ ਖਰਚਾ ਲਿਆ ਵਾ 30 ਤੋਂ 35 ਲੱਖ ਰੁਪਈਆ। ਤੁਸੀਂ ਕਿਵੇਂ ਸ਼ਿਓਰ ਹੋ ਗਏ ਉਹ ਅਮਿਤਾਭ ਬੱਚਨ ਜੀ ਦਾ ਸਿਕਿਉਰਟੀ ਵਾਲਾ ਸੀ ਜਾਂ ਅਮਿਤਾਭ ਬੱਚਨ ਜੀ ਸੀ? ਕਿਉਂਕਿ ਅਮਿਤਾਭ ਬੱਚਨ ਜੀ ਹਰ ਬੰਦੇ ਨੂੰ ਪਹਿਚਾਣ ਆ, ਆਵਾਜ਼ ਹੀ ਪਹਿਚਾਨੀ ਜਾਂਦੀ ਹੈ ਉਹਨਾਂ ਦੀ, ਤਾਂ ਬੱਚੇ ਬੱਚੇ ਨੂੰ ਉਹਨਾਂ ਦੀ ਆਵਾਜ਼ ਦੀ ਪਹਿਚਾਣ ਹੈ, ਫਿਰ ਤੁਸੀਂ ਕਿਵੇਂ ਝਾਂਸੇ ਦੇ ਵਿੱਚ ਆਏ? ਅਸੀਂ ਵੀ ਸਰ ਉਹਨਾਂ ਦੀ ਆਵਾਜ਼ ਪਹਿਚਾਣਦੇ ਹਾਂ, ਅੱਜ ਦੇ ਨਹੀਂ ਅਮਿਤਾਭ ਬੱਚਨ ਜੀ ਨੂੰ ਜਾਣਦੇ। ਚਲੋ ਸਾਡੇ ਆਹਮੋ ਸਾਹਮਣੇ ਨਹੀਂ ਵੀ ਉਹਨਾਂ ਦਾ ਮੇਲ ਹੋਇਆ, ਅਸੀਂ ਉਹਨਾਂ ਦੇ ਬਚਪਨ ਤੋਂ 10 ਸਾਲ ਤੇ ਜਿਉਂ ਵੀ ਅਸੀਂ ਆਪਣੀ ਉਮਰ ਸੰਭਾਲੀ ਉਦੋਂ ਦੀ ਇਹਨਾਂ ਦੇ ਟੀਵੀ ਦੇ ਵਿੱਚ ਵੇਖਾਂਦੇ ਹਾਂ, ਇਹਨਾਂ ਦੀ ਲਾਟਰੀਆਂ ਦੀ ਆਫਰ ਵੇਖਾਂਦੇ ਹਾਂ, ਫਿਲਮਾਂ ਵੀ ਇਹਨਾਂ ਦੀਆਂ ਹਰ ਇੱਕ ਸ਼ੋਅ ਵੇਖਦੇ ਹਾਂ। ਬਹੁਤ ਸੋਹਣੇ ਇਹਨਾਂ ਨੇ ਸੀਨ ਕੀਤੇ ਆ ਜਿਹਦੇ ਵਿੱਚ ਇਹਨਾਂ ਨੇ ਇਹ ਕੰਮ ਅਸੀਂ ਇਹਨਾਂ ਦੀ ਆਵਾਜ਼ ਵੀ ਪਹਿਚਾਣਦੇ ਹਾਂ। ਬਾਈ ਜੀ ਲਾਟਰੀ ਤੁਹਾਡੀ ਸੀ, ਪੈਸੇ ਤੁਸੀਂ ਉਹਨਾਂ ਨੂੰ ਪਾਉਂਦੇ ਰਹੇ, ਇਹਦਾ ਮਤਲਬ ਲਾਟਰੀ ਤੁਹਾਡੀ ਨਹੀਂ, ਉਹਨਾਂ ਦੀ ਲਾਟਰੀ ਨਿਕਲੀ ਹੋਈ ਜਿਹੜੇ ਤੁਸੀਂ ਪੈਸੇ ਉਹਨਾਂ ਨੂੰ ਪਾ ਰਹੇ ਸੀ? ਸਰ ਉਹਨਾਂ ਨੇ ਪੈਸੇ ਇਸ ਕਰਕੇ ਪਵਾਏ ਸੀ ਵੀ ਜਿਹੜੀ 25 ਲੱਖ ਦੀ ਲਾਟਰੀ ਆ ਉਹਦਾ ਜਿਹੜਾ ਖਰਚਾ ਸੀ ਉਹ ਮੰਗਦੇ ਸੀ ਸਾਡੇ ਤੋਂ। ਕਹਿੰਦੇ ਵੀ ਸਾਡੀ ਕੰਪਨੀ ਵਾਲੇ ਬੰਦੇ 60-70 ਜਿਹੜੇ ਨੇ ਕੰਪਨੀ ਦੀ ਵਧਾਈ ਮੰਗਦੇ ਨੇ, ਕਿਉਂਕਿ ਜਿਹਦੀ ਲਾਟਰੀ ਨਿਕਲੀ ਹੋਵੇ ਉਹਨੂੰ ਖਰਚਾ ਦੇਣਾ ਪੈਂਦਾ। ਕਿਉਂਕਿ ਆਉਂਦੇ ਸੀ ਵੀ ਜਿਨ੍ਹਾਂ ਬੰਦਿਆਂ ਨੂੰ ਅਸੀਂ ਲਾਟਰੀ ਆਫਰ ਸ਼ੋਅ ਕੀਤੀ ਆ ਉਹਨਾਂ ਕੋਲ ਵੀ ਅਸੀਂ ਇੰਨਾ ਖਰਚਾ ਲੈ ਗਏ ਅਤੇ ਉਹਨਾਂ ਦੀ ਜਿੰਨਾ ਖਰਚਾ ਹੋਇਆ ਵਾ ਸਾਰਾ ਉਹਨਾਂ ਦੇ ਅਸੀਂ ਉਹਨਾਂ ਦੇ ਘਰ ਪਹੁੰਚਾਉਂਦੇ ਰਹੇ ਹਾਂ। ਪਰ ਪੈਸੇ ਥੋੜ੍ਹੇ ਬਹੁਤੇ ਤਾਂ ਮੰਨ ਲੈਂਦੇ ਅਸੀਂ ਦਿੱਤੇ ਹੋ ਸਕਦੇ, ਪਰ ਤੁਸੀਂ ਤਾਂ ਲਾਟਰੀ ਦੀ ਅਮਾਊਂਟ ਨਾਲੋਂ ਡਬਲ ਅਮਾਊਂਟ ਜਿਹੜੀ ਉਹਨਾਂ ਨੂੰ ਦੇ ਦਿੱਤੀ, ਤੁਹਾਨੂੰ ਨਹੀਂ ਪਤਾ ਚੱਲਿਆ ਕਿ ਇਹ ਤਾਂ ਡਬਲ ਅਮਾਊਂਟ ਚੱਲੀ ਉੱਧਰ? ਅਸੀਂ ਸਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਇਸ ਕੰਮ ਬਾਰੇ ਕੀਤੀ ਸੀ ਵੀ ਲਾਟਰੀ ਤਾਂ ਸਾਡੀ 25 ਲੱਖ ਦੀ ਪਰ ਤੁਸੀਂ ਸਾਡੇ ਕੋਲ ਪੈਸੇ 25 ਤੋਂ ਵੀ ਟਾਂ ਟੱਪ ਚੁੱਕੇ ਜੇ, ਇਹ ਕੀ ਵਜ੍ਹਾ ਲਾ ਸਾਡੀ? ਉਹ ਆਉਂਦੇ ਸੀ ਵੀ ਜਿਹੜੀ ਇਹ ਵਜ੍ਹਾ ਵਾ ਜਿੰਨੇ ਵੀ ਪੈਸੇ ਤੁਹਾਡੇ ਕੋਲ ਅਸੀਂ ਡਬਲ ਲਵਾਂਗੇ, ਜੋ ਵੀ ਸਾਡਾ ਇੱਥੇ ਖਰਚਾ ਲੱਗੂ ਥਾਣੇ ਜਿੱਥੇ ਵੀ ਕਿਤੇ ਲੱਗਦਾ ਵਾ ਉਹਦੀ ਅਸੀਂ ਤੁਹਾਨੂੰ ਸਾਰਾ ਹਿਸਾਬ ਕਿਤਾਬ ਦੇਵਾਂਗੇ, ਸਾਰੀ ਡਿਟੇਲ ਦੇਵਾਂਗੇ, ਉਹ ਤੋਂ ਵੱਧ ਤੁਹਾਡੀ ਜਿਹੜੀ ਕੰਪਨੀ ਆ ਤੁਹਾਡੀ ਮਦਦ ਕਰੂਗੀ। ਰਾਬਤਾ ਕਿਵੇਂ ਹੁੰਦਾ ਸੀ ਉਹਨਾਂ ਨਾਲ? ਉਹਨਾਂ ਦਾ ਫੋਨ ਆਉਂਦਾ ਸੀ, ਵਟਸਐਪ ਫੋਨ ਆਉਂਦਾ ਸੀ, ਵੀਡੀਓ ਕਾਲਿੰਗ ਹੁੰਦੀ ਸੀ, ਕਿਵੇਂ ਰਾਬਤਾ ਹੁੰਦਾ ਸੀ ਤੁਹਾਡਾ? ਸਰ ਉਹਨਾਂ ਦਾ ਵਟਸਐਪ 'ਤੇ ਫੋਨ ਆਉਂਦਾ ਸੀ, ਕਿਸੇ ਵੇਲੇ ਤਾਂ ਬਿਨਾਂ ਕਾਲਿੰਗ ਤੋਂ ਵੀ ਫੋਨ ਕਰਦੇ ਸੀ, ਕਿਸੇ ਵੇਲੇ ਵਟਸਐਪ 'ਤੇ ਵੀ ਕਰਦੇ ਸੀ, ਕਿਸੇ ਵੇਲੇ ਫਿਰ ਵੀ ਵੀਡੀਓ ਕਾਲ 'ਤੇ ਵੀ ਗੱਲਬਾਤ ਮੇਰੇ ਨਾਲ ਜਾਰੀ ਕਰਦੇ ਰਹਿੰਦੇ ਸੀ। ਰਾਤ ਨੂੰ ਕਰਦੇ ਸੀ 10 ਵਜੇ ਤੋਂ ਬਾਅਦ ਵੀਡੀਓ ਕਾਲ 'ਤੇ ਵੀ, ਜਦੋਂ ਆਪਾਂ ਭੈਣ ਭਰਾ ਵਾਂਗੂ ਰੋਟੀ ਪਾਣੀ ਛੱਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਬਹਿ ਜਾਂਦੇ ਹਾਂ ਵੀ ਹੁਣ ਇੱਕ ਦੂਜੇ ਨਾਲ ਗੱਲਬਾਤ ਕਰਨੀ ਕੋਈ ਫੋਨ 'ਤੇ, ਇੱਦਾਂ ਫਿਰ ਮੇਰੇ ਨਾਲ ਉਹ ਗੱਲਬਾਤ ਕਰਦੇ। ਪਰ ਜਿਹੜੀਆਂ ਫੋਟੋਆਂ ਤੁਸੀਂ ਲਈ ਫਿਰਦੇ ਹੁਣ, ਜਿਹੜੀਆਂ ਫੋਟੋਆਂ ਦਾ ਨਾਮ ਲੈ ਰਹੇ ਹੋ, ਜੇ ਇਹਨਾਂ ਦਾ ਫੋਨ ਆਉਂਦਾ ਸੀ ਉਹ ਨਾਮੀ ਚਿਹਰੇ ਨੇ ਅਤੇ ਉਹਨਾਂ ਦਾ ਨਾਮ ਤੁਸੀਂ ਲੈ ਰਹੇ ਹੋ, ਉਹਨਾਂ ਨਾਲ ਤੁਹਾਡੀ ਡਾਇਰੈਕਟ ਕਦੀ ਫੋਨ 'ਤੇ ਗੱਲਬਾਤ ਹੋਈ ਹੈ? ਹਾਂਜੀ ਸਰ, ਉਹਨਾਂ ਦੇ ਉਹਨਾਂ 'ਚੋਂ ਇੱਕ ਬੰਦੇ ਦੀ ਮੇਰੇ ਨਾਲ ਡਾਇਰੈਕਟ ਪੂਰੀ ਗੱਲਬਾਤ ਹੁੰਦੀ ਰਹੀ ਹੈ, ਰਾਣਾ ਪ੍ਰਤਾਪ ਸਿੰਘ ਜੀ, ਜਿਹਦੀ ਅੱਜ ਤੱਕ ਵੀ ਮੇਰੇ ਕੋਲ ਫੋਟੋਆਂ 2.5-3 ਸਾਲ ਹੋ ਗਏ, ਅੱਜ ਤੱਕ ਵੀ ਸਾਰੇ ਪ੍ਰੂਫ ਪਏ ਨੇ ਮੇਰੇ ਕੋਲ ਉਹਨਾਂ ਦੇ, ਕਿਉਂਕਿ ਜੇ ਮੇਰੇ ਨਾਲ ਝੂਠ ਬੋਲਦੇ ਤਾਂ ਮੇਰੇ ਸਾਹਮਣੇ ਆਉਣ। ਉਹ ਹਿੰਦੀ 'ਚ ਫੋਨ ਆਉਂਦਾ ਸੀ ਜਾਂ ਪੰਜਾਬੀ ਦੇ ਵਿੱਚ, ਕਿਹੜੀ ਬੋਲੀ ਦੇ ਵਿੱਚ ਬੋਲਦੇ ਸੀ ਜ਼ਿਆਦਾਤਰ? ਪਹਿਲੋਂ ਕਿਸੇ ਵੇਲੇ ਤਾਂ ਹਿੰਦੀ 'ਚ ਵੀ ਗੱਲ ਕਰਦੇ, ਫਿਰ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਹਿੰਦੀ 'ਚ ਨਹੀਂ ਗੱਲ ਕਰਦੇ, ਗਾੜੀ ਪੰਜਾਬੀ ਨੇ ਸਾਰੇ, ਫਿਰ ਉਹ ਸਾਡੇ ਨਾਲ ਪੰਜਾਬੀ 'ਤੇ ਗੱਲਬਾਤ ਕਰਦੇ, ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਵੀਡੀਓ ਕਾਲ 'ਤੇ ਵੀ ਸਾਡੇ ਨਾਲ ਗੱਲ ਕਰਿਆ ਕਰੋ, ਜੇ ਤੁਸੀਂ ਸਾਡੇ ਨਾਲ ਲਾਟਰੀ ਦੇਣੀ ਹੈ ਤਾਂ ਫਿਰ ਸਾਡੇ ਨਾਲ ਵੀਡੀਓ ਕਾਲ 'ਤੇ ਵੀ ਗੱਲ ਕਰਨ ਦੇ ਪਏ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਲਾਟਰੀ ਇਹਨਾਂ ਨੇ ਲੈਣੀ ਅਤੇ ਫਿਰ ਸਾਡੇ ਨੂੰ ਉਹਨਾਂ ਪੈਸੇ ਪਾਉਣ ਦੇ ਮਾਰੇ ਸਾਡੇ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਵੀ ਤੁਹਾਨੂੰ ਅਸੀਂ ਭਾਅ ਜੀ ਲਾਟਰੀ ਦੇਵਾਂਗੇ, ਵੇਖੋ ਕਦੇ ਤੁਸੀਂ ਸਮਝਿਓ ਨਾ ਵੀ ਅਸੀਂ ਝੂਠ ਮਾਰਦੇ ਤੁਹਾਡੇ ਨਾਲ। ਬਾਈ ਜੀ ਜਿੰਨੀ ਅਮਾਊਂਟ ਤੁਸੀਂ ਹੁਣ ਉਹਨਾਂ ਨੂੰ ਪਾਈ ਹੈ ਉਹ ਇੰਨੇ ਪੈਸੇ ਤੁਸੀਂ ਕਿੱਥੋਂ ਲੈਂਦੇ, ਕਿਉਂਕਿ ਵੱਡੀ ਅਮਾਊਂਟ ਹੈ 30-35 ਲੱਖ ਰੁਪਈਆ, ਇੰਨੇ ਪੈਸੇ ਤੁਹਾਡੇ ਜੋ ਕਿਵੇਂ ਆਏ ਸੀ ਸਰ? ਉਹ ਸਰ ਪੈਸੇ ਜਿਹੜੇ ਸੀ ਉਹ ਮੈਂ ਆਪਣੀ ਮਿਹਨਤ, ਸਾਡੇ ਪਿਤਾ ਜੀ ਨੇ ਕਮਾਏ ਸੀ ਸਾਰੀ ਉਮਰ, ਸਾਡੇ ਪਿਤਾ ਜੀ ਨੇ ਮਿਹਨਤ ਕੀਤੀ ਸੀ, ਜਿਹੜੇ ਪੈਸੇ ਅਸੀਂ ਇਹਨਾਂ ਨੂੰ ਅੱਜ ਲਟਾ ਚੁੱਕੇ ਹਾਂ। ਕੀ ਮਿਹਨਤ ਕਰਦੇ ਸੀ, ਕਿਸ ਚੀਜ਼ ਦਾ ਕੰਮ ਸੀ ਤੁਹਾਡਾ? ਸਾਡਾ ਕੰਮ ਡੇਅਰੀ ਫਾਰਮ ਦਾ ਜੀ, ਮਾਲ ਡੰਗਰ ਸੀ ਸਾਡੇ ਕੋਲ, ਮਈਆਂ ਸੀ 30-40 ਡੰਗਰ ਸੀ, ਗਾਈਆਂ ਗੁਈਆਂ ਵਿੱਚੇ ਪਾ ਕੇ, ਜੋ ਕੱਟ ਵਾਸ਼ ਸੀ ਸਾਰਾ ਪਾ ਕੇ, ਜੋ ਸਮਾਨ ਵੀ ਡੰਗਰਾਂ ਦਾ ਜਿਹਦੇ ਦੇ ਨਾਲ ਅਸੀਂ ਡੰਗਰਾਂ ਦੀ ਕਰਤਾਈ ਕਰਦੇ ਹਾਂ, ਟੋਕੇ ਟਾਕੇ ਜੋ ਵੀ ਜਨਰੇਟਰ ਸੀ, ਬੱਤੀ ਬੁੱਤੀ ਜਾਣ 'ਤੇ ਲੋੜ ਪੈਂਦੀ ਸੀ ਸਾਨੂੰ, ਜਿਨ੍ਹਾਂ ਦੇ ਨਾਲ ਅਸੀਂ ਡੋਣਿਆਂ 'ਚ ਦੁੱਧ ਦੱਧ ਖੜਦੇ ਹਾਂ, ਮੋਟਰਸਾਈਕਲ ਗੱਡੀ ਗੁੱਡੀ ਜਿਹੜੀ ਵੀ ਸਾਰੀਆਂ ਚੀਜ਼ਾਂ ਵੇਚਦੀਆਂ, ਸਭ ਕੁਛ ਅਸੀਂ ਵੇਚ ਵੂਚ ਕੇ ਇਹਨਾਂ ਨੂੰ ਪਾ ਦਿੱਤਾ, ਅਤੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਸਭ ਕੁਛ ਵੇਚ ਦੇਣ ਲੱਗੇ ਹਾਂ, ਇਹਨਾਂ ਨੇ ਕਿਹਾ ਸੀ ਵੀ ਗਾੜੀਓ ਜੇ ਕੁਛ ਪਾਉਣਾ ਵਾ ਅਤੇ ਕੁਛ ਖੋਣਾ ਵੀ ਪੈਂਦਾ ਵਾ, ਫਿਰ ਜਦੋਂ ਇਹਨਾਂ ਨੇ ਇੰਨੀ ਗੱਲ ਕੀਤੀ ਤਾਂ ਮੈਂ ਸਮਝਿਆ ਵੀ ਇਹ ਮੈਨੂੰ ਦੇਣਗੇ ਕੁਛ ਨਾ ਕੁਛ, ਪਰ ਇਹਨਾਂ ਰਾਣਾ ਪ੍ਰਤਾਪ ਸਿੰਘ ਜੀ ਨੇ ਮੇਰੇ ਨਾਲ ਧੋਖਾ ਹੀ ਕੀਤਾ ਵਾ, ਇਹਨੇ ਆਪਣਾ ਪੁੱਤ ਬਣਾ ਕੇ ਮੈਨੂੰ ਆਪਣੇ ਪੁੱਤ 'ਤੇ ਵੀ ਲੱਤ ਮਾਰੀ ਹੈ ਪਿੱਠ 'ਤੇ। ਪਰ ਅਣਜਾਣ ਬੰਦੇ ਲਈ ਇੰਨੀ
ਫੀਸ ਧਾਰਨੀ ਪੈਣੀ ਆ ਤੇ ਫਿਰ ਗੱਲਬਾਤ ਹੋਣੀ ਆ ਤੇ ਇਹਨਾਂ ਨੇ ਫਿਰ ਆਖਿਆ ਵੀ ਚਲੋ ਤੁਸੀਂ ਜੇ ਆਉਂਦੇ ਜੇ ਤੇ ਤੁਸੀਂ ਸਾਡੇ ਘਰ ਹੀ ਸਿੱਧੇ ਆ ਜਾਓ, ਅਸੀਂ ਤੁਹਾਨੂੰ ਇੱਥੇ ਘਰੇ ਹੀ ਮਿਲਾਂਗੇ। ਤੇ ਆਉਂਦੇ ਵੀ ਅਸੀਂ ਤੁਹਾਡੇ ਘਰ ਆਵਾਂਗੇ ਪਰ ਅਜੇ ਤੱਕ ਪਹੁੰਚੇ ਨਹੀਂ, ਅਸੀਂ ਡਰੈਸ ਵੀ ਦਿੱਤਾ ਵਾ, ਸਭ ਕੁਛ ਦਿੱਤਾ ਇਹਨਾਂ ਨੂੰ ਆਪਣਾ। ਅੱਜ ਤਾਂ ਲੁੱਟੇ ਪੁੱਟੇ ਗਏ ਹੋ ਤੁਸੀਂ, ਤਾਂ ਹੁਣ ਪਰਿਵਾਰ ਦਾ ਕਿਵੇਂ ਚੱਲ ਰਿਹਾ ਜੀ? ਪਰਿਵਾਰ ਨੂੰ ਤਾਂ ਰੋਟੀ ਪਾਣੀ ਚਾਹੀਦੀ, ਬੱਚੇ ਕਿੰਨੇ ਨੇ ਤੁਹਾਡੇ? ਬੱਚੇ ਮੇਰੇ 4 ਗੁੱਡੀਆਂ, ਇੱਕ ਮਾਤਾ ਜੀ, ਇਹ ਭਰਾ ਛੋਟਾ, ਪਿਤਾ ਜੀ ਸਿਰ 'ਤੇ ਨਹੀਂ, ਉਹ ਗੁਜ਼ਰ ਚੁੱਕੇ ਨੇ। ਅਤੇ ਜਿਹੜਾ ਘਰ ਦਾ ਖਰਚਾ ਵਾ ਇਹ ਮੈਂ ਆਪਣੀ ਬਾਹਰ ਦਿਹਾੜੀ ਕਰਕੇ ਮਿਹਨਤ ਕਰਕੇ ਕਮਾਉਂਦਿਆਂ, ਕਦੀ 200 ਰੁਪਈਆ ਲੈ ਆਉਂਦਾ, ਕਦੀ 300 ਲੈ ਆਉਂਦਾ, ਲੋਕਾਂ ਦੇ ਡੰਗਰ ਡੁੰਗਰ ਚੋ ਕੇ ਪੱਠੇ ਪਵਾ ਕੇ ਮੈਂ ਆਪਣੀ ਰਾਤ ਨੂੰ 9-10 ਵਜੇ ਘਰ ਆਣ ਕੇ ਅਤੇ ਮੈਂ ਆਪਣੇ ਪਰਿਵਾਰ ਨੂੰ ਪਾਲਦਾ, ਰੋਟੀ ਪਾਣੀ 'ਤੇ ਖਰਚਾ ਦਿੰਦਾ। ਆਹ ਵੇਖ ਲਓ ਜੀ, ਆਹ ਵੀਰ ਆ ਜਿਹੜਾ, ਜਾਇਦਾਦ ਬਹੁਤ ਸੀ ਵੀਰ ਦੇ, ਪਰ ਜਾਇਦਾਦ ਲੁਟਾ ਬੈਠਾ ਹੈ, ਇੱਥੇ ਲਾਲਚ ਦੇ ਵਿੱਚ ਆ ਗਿਆ, ਲਾਟਰੀ ਦੀ ਲਾਲਚ ਦੇ ਵਿੱਚ ਆਪਣੀ ਜਾਇਦਾਦ ਲੁਟਾ ਤੀ ਅਤੇ ਅੱਜ ਦਿਹਾੜੀਆਂ ਲਾ ਰਿਹਾ, 200 ਰੁਪਈਏ ਨੂੰ ਦਿਹਾੜੀ ਲਾ ਰਿਹਾ। ਅਤੇ ਜੇ ਦਿਹਾੜੀ 'ਤੇ ਵੀ ਜਾਂਦਾ ਤਾਂ ਉਹ ਦਿਹਾੜੀ 'ਤੇ ਵੀ ਨਹੀਂ ਰੱਖਦੇ ਗੇ, ਬੰਦਾ ਤਾਂ ਜ਼ਿਮੀਦਾਰ ਹੀ, ਤਾਂ ਜ਼ਿਮੀਦਾਰ ਨੂੰ ਦਿਹਾੜੀ 'ਤੇ ਕਿਉਂ ਲਾਇਆ ਜਾਵੇ? ਬਾਈ ਜੀ ਹੁਣ ਫਿਰ ਕਿਸ ਤਰ੍ਹਾਂ ਰਿਸ਼ਤੇਦਾਰ ਮਜ਼ਾਕ ਉਡਾਉਂਦੇ ਜਾਂ ਹਮਦਰਦੀ ਜਿਤਾਉਂਦੇ ਨੇ? ਨਾ ਤਾਂ ਮਜ਼ਾਕ ਹੀ ਉਡਾਉਂਦੇ ਆ ਅਤੇ ਨਾ ਕਦੀ ਉਹਨਾਂ ਨੇ ਹਮਦਰਦੀ ਅਜੇ ਤੱਕ ਜਿਤਾਈ ਆ। ਜਿਹੜੇ ਮੇਰੇ ਯਾਰ ਬੇਲੀ ਆ ਪਰ ਉਹ ਮੇਰੀ ਸਪੋਰਟ ਵੀ ਪੂਰੀ ਕਰਦੇ, ਕਦੀ ਉਹਨਾਂ ਮੇਰੇ ਨਾਲ ਮਜ਼ਾਕ 'ਚ ਨਹੀਂ ਗੱਲ ਕੀਤੀ, ਵੀ ਉਹਨਾਂ ਨੂੰ ਪਤਾ ਵਾ ਵੀ ਇਹ ਧੋਖੇ ਜੀ ਲੁੱਟਿਆ ਗਿਆ, ਕਦੀ ਇਹਨੇ ਆਪਣੇ ਕੋਲੋਂ ਨਹੀਂ ਪਾਏ। ਅਤੇ ਜਾਪਦਾ ਨਹੀਂ ਕਿ ਲਾਲਚ ਜਿਹੜੀ ਆ ਬੁਰੀ ਬਲਾ ਵਾ, ਸਾਰੇ ਜਾਣਦੇ ਅਸੀਂ ਤਾਂ, ਤੁਸੀਂ ਵੀ ਲਾਲਚ ਦੇ ਵਿੱਚ ਆ ਕੇ ਜਾਂ ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਨੂੰ ਲੈ ਕੇ ਆਪਣੀ ਜਾਇਦਾਦ ਆ ਜਿਹੜੀ ਉਹ ਤੋਂ ਹੱਥ ਧੋ ਬੈਠੇ ਹੋ? ਅਸੀਂ ਸਰ ਮੰਨਦੇ ਜ਼ਰੂਰ ਹਾਂ ਵੀ ਇਹ ਲਾਲਚ ਬੜੀ ਬੁਰੀ ਬਲਾ ਵਾ, ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਾਡੇ ਨਾਲ ਇਹਨਾਂ ਨੇ ਇਹ ਧੋਖਾ ਕਰ ਦੇਣਾ ਵਾ। ਪਰ ਅਸੀਂ ਉਹਨਾਂ ਸੱਜਣਾਂ ਨੂੰ ਵੀ ਗਾਂਹ ਸੰਬੋਧਨ ਕਰਦੇ ਹਾਂ ਵੀਰਾਂ ਭਰਾਵਾਂ ਨੂੰ ਵੀ ਇਹਨਾਂ ਲੋਕਾਂ ਤੋਂ ਬਚੋ ਜਿੰਨਾ ਬਚਿਆ ਜਾਂਦਾ, ਅਤੇ ਜਿੰਨੀ ਛੇਤੀ ਹੋ ਸਕੇ ਇਹਨਾਂ ਲੋਕਾਂ ਨੂੰ ਨੱਥ ਪਾਓ। ਅਤੇ ਮੈਨੂੰ ਇਹ ਦੱਸੋ, ਜਿਹੜੇ ਪੈਸੇ ਤੁਸੀਂ ਉਹਨਾਂ ਨੂੰ ਪਾਏ, ਉਹਨਾਂ ਦੇ ਸਬੂਤ ਜਾਂ ਰਸੀਦਾਂ ਵਗੈਰਾ ਤੁਹਾਡੇ ਕੋਲ ਪਈਆਂ ਨੇ ਹੁਣ ਸਾਰੀਆਂ? ਹਾਂਜੀ ਸਰ, ਉਹ ਮੇਰੇ ਕੋਲ ਸਭ ਕੁਛ ਪਿਆ ਵਾ, ਸਬੂਤ ਵੀ ਹੈਗੇ, ਉਹਨਾਂ ਦੀਆਂ ਫੋਟੋਆਂ ਵੀ, ਕਾਗਜ਼ ਪੱਤਰ ਜਿੰਨੇ ਵੀ ਆ, ਮੇਰੇ ਕੋਲ ਸਭ ਕੁਛ ਪਿਆ ਉਹਨਾਂ ਦਾ। ਅਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਇਸ ਬਾਰੇ, ਕਿਉਂਕਿ 2-3 ਸਾਲ ਹੋ ਚੱਲੇ ਨੇ ਤੁਹਾਨੂੰ ਇਸ ਮਾਮਲੇ ਦੇ ਵਿੱਚ, ਪੁਲਿਸ ਨੂੰ ਦੱਸਿਆ ਸਾਰੀ ਡਿਟੇਲ ਦਾ ਤੁਸੀਂ? ਇਹ ਸਰ ਜਦੋਂ ਨਵਾਂ ਕੰਮ ਹੋਇਆ ਸੀ ਮੇਰੇ ਨਾਲ ਸ਼ੁਰੂ, ਉਦੋਂ ਮੈਂ ਪੁਲਿਸ ਕੋਲ ਵੀ ਗਿਆ ਹਾਂ, ਪਰ ਪੁਲਿਸ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਪੁਲਿਸ ਨੇ ਮੇਰੀ ਬਾਂਹ ਨਹੀਂ ਫੜੀ, ਪੁਲਿਸ ਵੀ ਗਾੜੀਓਂ ਮੈਨੂੰ ਦਾਬੇ ਮਾਰ ਕੇ ਭਜਾ ਦਿੰਦੀ ਸੀ, ਮੈਂ 1-2 ਵਾਰਾਂ ਚੌਂਕੀ 'ਚ ਗਿਆ ਵੀ ਹਾਂ। ਪਰ ਜਿਹੜੇ ਫੋਨ ਆਉਂਦੇ ਨੇ ਜਾਂ ਵੱਡੀਆਂ ਵੱਡੀਆਂ ਜਿੰਨੀਆਂ ਵੀ ਕੰਪਨੀਆਂ ਨੇ, ਉਹ ਤਾਂ ਆਪ ਸੁਚੇਤ ਕਰਦੀਆਂ ਨੇ ਕਿ ਤੁਸੀਂ ਇਹਨਾਂ ਦੇ ਜਾਲਸਾਜ਼ ਦੇ ਵਿੱਚ ਨਾ ਫਸਿਓ, OTP ਸਾਂਝਾ ਨਾ ਕਰੋ ਆਪਣਾ, ਫਿਰ ਵੀ ਤੁਸੀਂ ਜਾਲ ਦੇ ਵਿੱਚ ਫਸੇ ਹੋ, ਇਹਦੇ ਵਿੱਚ ਗਲਤੀ ਤਾਂ ਜ਼ਿਆਦਾਤਰ ਆਪਣੀ ਮੰਨੀ ਜਾਏਗੀ, ਕਿਉਂਕਿ ਜਿਹੜਾ ਬੰਦਾ ਫਸ ਜਾਂਦਾ ਲਾਲਚ ਦੇ ਵਿੱਚ ਉਹੀ ਗਲਤ ਹੁੰਦਾ ਨਾ। ਹਾਂਜੀ, ਮੰਨਦੇ ਹਾਂ ਆਪਣੀ ਗਲਤੀ ਪਰ ਕੀਤੀ ਆ, ਪਰ ਗਲਤ ਇਹਨਾਂ ਨੂੰ ਵੀ ਚਾਹੀਦਾ ਸੀ ਜੇ ਇਹਨਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਸੀ ਤਾਂ ਸਾਡਾ ਸਾਨੂੰ ਹੱਕ ਦਿੰਦੇ, ਜੇ ਦਿੰਦੇ ਸੀ ਸਾਰਿਆਂ ਨੂੰ ਲਾਟਰੀ ਦਿੰਦੇ ਆ ਜਿੰਨਿਆਂ ਨੂੰ ਅਜੇ ਤੱਕ ਵੀ, ਜਿਨ੍ਹਾਂ ਨੂੰ ਇਹਨਾਂ ਨੇ ਦਿੱਤੀ ਆ, 10 ਬੰਦਿਆਂ ਨੂੰ ਦਿੱਤੀ, 20 ਨੂੰ ਦਿੱਤੀ ਆ, ਸਾਰਿਆਂ ਨੂੰ ਇਹਨਾਂ ਦਿੱਤੀ, ਸਾਨੂੰ ਸ਼ੋਅ ਵੀ ਕੀਤੇ ਇਹਨਾਂ ਨੇ ਉਹ ਬੰਦੇ, ਅਤੇ ਜੇ ਉਹਨਾਂ ਬੰਦਿਆਂ ਨੂੰ ਦੇ ਸਕਦੇ ਤਾਂ ਸਾਡੇ ਵਾਰੀ ਕਿਉਂ ਇਹਨਾਂ ਨੇ ਫਿਰ ਸਾਨੂੰ ਧੋਖਾ ਦਿੱਤਾ? ਹੁਣ ਅਪੀਲ ਕੀ ਕਰਦੇ ਹੋ ਜੀ, ਫਰੋਡ ਦਾ ਜਿਹੜਾ ਤੁਹਾਡੇ ਨਾਲ ਸਾਨੂੰ ਨਜ਼ਰ ਆ ਰਿਹਾ ਹੋਇਆ ਹੋਏਗਾ, ਫਰੋਡ ਜਾਲ ਦੇ ਵਿੱਚ ਤੁਸੀਂ ਫਸੇ ਸੀ ਉਹਨਾਂ ਦੇ ਜਾਲ ਸਾਜਾਂ ਦੇ, ਹੁਣ ਅਪੀਲ ਕੀ ਕਰਦੇ ਹੋ? ਤੁਹਾਡੇ ਜਿਹੇ ਹੋਰ ਵੀਰ ਵੀ ਨੇ, ਹੋਰ ਪਰਿਵਾਰ ਵੀ ਨੇ ਭੋਲੇ ਭਾਲੇ ਜਿਹੜੇ ਇਹੋ ਜਿਹੇ ਜਾਲ ਸਾਜਾਂ ਦੇ ਜਿਹੜਾ ਨੇ ਭਰਮ ਦੇ ਵਿੱਚ ਫਸ ਜਾਂਦੇ ਨੇ, ਜਾਲ ਦੇ ਵਿੱਚ ਫਸ ਜਾਂਦੇ ਨੇ ਅਤੇ ਆਪਣੀ ਜਾਇਦਾਦ ਜਿਹੜੀ ਹੈ ਉਹ ਲੁਟਾ ਪੈਂਦੇ ਨੇ? ਅਸੀਂ ਤਾਂ ਉਹਨਾਂ ਵੀਰਾਂ ਨੂੰ ਇਹੋ ਅਪੀਲ ਕਰਦੇ ਹਾਂ ਵੀ ਕਦੀ ਵੀ ਇਹੋ ਜਿਹੇ ਕੰਮ 'ਚ ਨਾ ਪਿਓ, ਜੇ ਪੈ ਵੀ ਜਾਂਦੇ ਜੇ ਤਾਂ ਉਹਨਾਂ ਦਾ ਫੋਨ ਚੁੱਕੋ ਪਰ ਉਹਨਾਂ ਨੂੰ ਪੈਸੇ ਨਾ ਪਾਇਓ, ਅਤੇ ਇਸ ਕੰਮ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ। ਅਤੇ ਜਿਹੜੀ ਅਪੀਲ ਮੈਂ ਕਰਦਾ, ਮੈਨੂੰ ਮੇਰਾ ਵੀ, ਮੈਂ ਸਾਰੀ ਪ੍ਰਸ਼ਾਸਨ ਨੂੰ, ਪੁਲਿਸ ਨੂੰ ਵੀ ਸੰਬੋਧਨ ਕਰਦਾ ਵੀ ਮੈਨੂੰ ਮੇਰਾ ਹੱਕ ਦਵਾਇਆ ਜਾਵੇ। ਮਿਹਰਬਾਨੀ। ਸੋ ਤੁਸੀਂ ਦੇਖ ਰਹੇ ਹੋ ਕਿ ਇਹ ਨੌਜਵਾਨ ਹੈ ਜਿਸ ਨੇ ਆਪਣੀ ਜਾਇਦਾਦ ਲੁਟਾ ਦਿੱਤੀ, ਇੱਕ ਲਾਟਰੀ ਪਿੱਛੇ ਗਏ, ਉਸਨੂੰ ਲਾਟਰੀ ਦੇ ਪੈਸੇ ਮਿਲਣੇ ਨੇ, ਲਾਟਰੀ ਦੇ ਪੈਸੇ ਇਹਨੂੰ ਤਾਂ ਨਹੀਂ ਮਿਲੇ, ਉਹਨਾਂ ਦੀ ਲਾਟਰੀ ਇਸ ਨੌਜਵਾਨ ਨੇ ਜ਼ਰੂਰ ਲਾ ਦਿੱਤੀ ਕਿ ਹੱਥੋਂ ਜਿਹੜੇ ਨੇ 35 ਲੱਖ ਰੁਪਏ ਦੇ ਦਿੱਤੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ ਜਿਹੜੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ, ਜਾਲਸਾਜ ਜਿਹੜੇ ਨੇ ਨਵੇਂ ਨਵੇਂ ਤਰੀਕੇ ਲੱਭ ਲੈਂਦੇ ਨੇ ਭੋਲੇ ਭਾਲੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਲਈ। ਇਸ ਤਰ੍ਹਾਂ ਦਾ ਇਹ ਪਰਿਵਾਰ ਹੈ ਜਿਹੜਾ ਜਾਲ ਦੇ ਵਿੱਚ ਫਸਿਆ, ਅੰਮ੍ਰਿਤਸਰ ਦਾ ਰਹਿਣ ਵਾਲਾ ਨੌਜਵਾਨ ਹੈ, ਇਸ ਵੇਲੇ ਅਪੀਲ ਕਰ ਰਿਹਾ ਕਿ ਮੈਂ ਤਾਂ ਲੁੱਟਿਆ ਗਿਆ, ਤੁਸੀਂ ਨਾ ਲੁੱਟੇ ਜਾਓ, ਸਾਵਧਾਨ ਰਹਿਣਾ ਚਾਹੀਦਾ ਇਹਨਾਂ ਫੋਨਾਂ ਤੋਂ। ਸਾਡੀ ਵੀ ਅਪੀਲ ਹੈ ਜੇ ਤੁਹਾਨੂੰ ਵੀ ਫੋਨ ਆਉਂਦਾ ਇਸ ਤਰ੍ਹਾਂ ਦਾ ਤਾਂ ਪੁਲਿਸ ਨੂੰ ਇਤਲਾਹ ਦਿਓ ਜਾਂ ਆਪਣੇ ਜਾਣਕਾਰ ਨਾਲ ਸਾਂਝੀ ਕਰੋ ਜਾਣਕਾਰੀ ਕਿ ਮੇਰੇ ਕੋਲ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ, ਫਿਰ ਹੀ ਪੈਸੇ ਪਾਏ ਜਾਣ। ਪਹਿਲੀ ਗੱਲ ਤਾਂ ਇਸ ਤਰ੍ਹਾਂ ਦੇ ਪੈਸੇ ਪਾਉਣ ਦੀ ਜ਼ਰੂਰਤ ਨਹੀਂ ਹੈ, ਜੇ ਤੁਹਾਨੂੰ ਫੋਨ ਆਉਂਦਾ ਤਾਂ ਪੁਲਿਸ ਨੂੰ ਇਤਲਾਹ ਜ਼ਰੂਰ ਦਿਓ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਲਾਲੀ। ਲੋਨ ਲੈਣ ਵਾਸਤੇ